ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਵਰਨ ਸਿੰਘ ਥਿੰਦ ਵਾਸੀ ਪਿੰਡ ਸੈਦਪੁਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀਪੇਵਾਲ ਵਿੱਚ ਕਰੀਬ 45 ਏਕੜ ਤੋਂ ਉੱਤੇ ਜ਼ਮੀਨ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਵਰਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਜ਼ਮੀਨ ਨੂੰ ਲੈ ਕੇ ਉਹਨਾਂ ਨਾਲ ਧੱਕਾ ਕਰ ਰਿਹਾ ਹੈ, ਜੋ ਕਿ ਆਪਣੇ ਸਾਲੇ ਸ਼ਿਵ ਕਮਲ ਨੂੰ ਨਾਲ ਲੈ ਕੇ ਉਹਦੀ ਜ਼ਮੀਨ ਤੇ 4 ਸਾਲ ਠੇਕਾ ਲੈਂਦਾ ਰਿਹਾ। ਇਸ ਵਾਰ ਉਹਨਾਂ ਨੇ ਨਵਾਂ ਠੇਕੇਦਾਰ ਲਾਇਆ, ਜਿਸ ਦਾ ਝੋਨਾ ਵੱਢ ਕੇ ਉਸਦੇ ਭਰਾ ਨੇ ਬੌਂਡ ਕਰ ਲਿਆ। ਸਵਰਨ ਸਿੰਘ ਨੇ ਕਿਹਾ ਕਿ ਉਹਨਾਂ ਦੇ ਸੰਬੰਧ ਵਿੱਚ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਅੰਤ ਵਿੱਚ ਸਵਰਨ ਸਿੰਘ ਨੇ ਇਨਸਾਫ ਦੀ ਮੰਗ ਕੀਤੀ। ਮੇਰਾ ਨਾਮ ਸਵਰਨ ਸਿੰਘ ਥਿੰਦ ਆ, ਮੇਰੇ ਨਾਲ ਧੱਕਾ ਕਰ ਰਿਹਾ ਮੇਰਾ ਭਰਾ। ਹਾਂਜੀ, ਆਪਦੇ ਸਾਲੇ ਨੂੰ ਸ਼ਿਵ ਕਮਲ ਸਿੰਘ ਨਾਲ ਲੈ ਕੇ ਠੇਕਾ 4 ਸਾਲ ਕਰਵਾਉਂਦਾ ਰਿਹਾ ਵਾ। ਐਤਕੀ ਮੈਂ ਨਵਾਂ ਠੇਕੇਦਾਰ ਲਾਇਆ ਵਾ ਹਰਜਿੰਦਰ ਸਿੰਘ, ਇਹਦਾ ਝੋਨਾ ਵੱਢ ਕੇ ਅਤੇ ਬੌਂਡ ਕਰ ਲਿਆ ਵਾ ਪੰਚਾਇਤ ਵਿੱਚ। ਮੇਰੇ ਨਾਲ ਧੱਕਾ ਹੋ ਰਿਹਾ, ਮੇਰੇ ਨਾਲ ਇਨਸਾਫ ਕੀਤਾ ਜਾਵੇ। ਕੀਤੀ ਆ, ਪੁਲਿਸ ਨਹੀਂ ਮੰਨ ਰਹੀ। ਉਹ ਕਹਿੰਦੀ 14 ਤਰੀਕ ਤੋਂ ਦੇਖਾਂਗੇ ਜਾਂ ਕਰਾਂਗੇ, ਇੱਦਾਂ ਕਰਦੇ। ਸਾਡੇ ਤਾਂ ਪਰਚੇ ਝੂਠੇ ਕਰਾਤੇ ਆ ਕੋਰਟ ਵਿੱਚ ਵੀ, ਉਹਨੇ ਕੇਸ ਕੀਤਾ ਮੇਰੇ 'ਤੇ, ਮੈਂ ਨਹੀਂ ਕੀਤਾ। ਅਸੀਂ ਚਾਹੁੰਦੇ ਸਾਨੂੰ ਇਨਸਾਫ ਮਿਲੇ ਵੀ ਸਾਡੀ ਜ਼ਮੀਨ ਜਿਹੜੀ ਮੇਰੇ ਨਾਲ ਜ਼ਮੀਨ ਆ ਉਹ ਸਾਨੂੰ ਉਹਦਾ 20.5 ਕਿੱਲੇ 48 ਕਿੱਲੇ ਟੁੱਟ ਲਿਆ ਇਹਨਾਂ ਦੇ ਨਾਲ, 20.5 ਕਿੱਲੇ ਸਾਡੇ ਨਾਲ, 20 ਕਿੱਲੇ ਇਕੱਲਿਆਂ ਦੇ ਨਾਲ ਜੀ, ਪਰਿਵਾਰ ਦੇ ਨਾਲ? ਇਕੱਲਿਆਂ ਦੇ ਨਾਲ, ਇਕੱਲਿਆਂ ਨਾਲ ਮੇਰੇ ਨਾਲ, ਮੇਰੇ ਲੜਕੇ ਨਾਲ, ਮੈਂ ਆਪਦੇ ਲੜਕੇ ਨਾਲ ਕੀਤੀ ਸੀ। ਪੁਲਿਸ ਵੀ ਤੁਹਾਨੂੰ ਧੱਕਾ ਕਰ ਰਹੀ ਹੈ? ਧੱਕਾ ਜਾਤੀ ਬਹੁਤ ਜਾਤੀ ਹੋ ਰਹੀ ਆ। ਤੁਸੀਂ ਇਹਦੇ ਉੱਚ ਅਧਿਕਾਰੀਆਂ ਨੂੰ ਉਹਨਾਂ ਦੀ ਸ਼ਿਕਾਇਤ ਕੀਤੀ ਦੱਸਿਆ ਵਾ ਸਭ ਕੁਝ? ਸਾਨੂੰ ਇਨਸਾਫ ਮਿਲੇ ਜੀ। ਮਿਲੇ, ਮੇਰਾ ਲੜਕਾ ਮਿਲਿਆ ਵਾ, ਮੇਰੇ ਭੂਆ ਦਾ ਪੁੱਤ। ਨਾਮ ਰਿਹਾ ਹਰਜਿੰਦਰ ਸਿੰਘ ਆ ਜੀ, ਮੈਂ ਇਹਨਾਂ ਦਾ ਠੇਕੇਦਾਰ ਹਾਂ, ਇਹਨਾਂ ਜ਼ਮੀਨ ਮੈਂ ਠੇਕੇ 'ਤੇ ਵਾਹ ਰਿਹਾ। ਕਿੰਨੀ ਦੇਰ ਤੋਂ ਸਰ ਠੇਕੇ 'ਤੇ ਲਿੱਤੀ? ਅਸੀਂ ਪਹਿਲੀ ਵਾਰੀ ਠੇਕੇ 'ਤੇ ਲਈ ਜੀ। ਕਿੰਨੀ ਦੇਰ ਹੋ ਗਈ? ਝੋਨਾ ਲਾਇਆ ਜੀ, ਪਹਿਲੇ ਝੋਨਾ ਪਹਿਲੇ ਲਾਇਆ, ਪਹਿਲਾਂ ਲਾਇਆ ਜੀ ਝੋਨਾ ਲਾਇਆ, ਹੁਣ ਪਾਗਾ 'ਚ ਝੋਨਾ ਵੱਢਣ ਲੱਗੇ ਹਾਂ। ਇਹਨਾਂ ਦਾ ਬ੍ਰਦਰ ਜਿਹੜਾ, ਉਹਦੀ ਵਾਈਫ ਆਈ, ਉਹ ਝੋਨਾ ਨੂੰ ਰੋਕਤਾ। ਸਾਡਾ ਡਰਾਈਵਰ ਸੀ, ਉਹਦੇ ਸੱਟਾਂ ਮਾਰੀਆਂ, ਉਹਦੇ ਇੱਥੇ ਗੁੱਟ ਵੱਢਦਾ ਜੀ, ਮੁੜ ਕੇ ਆਪ ਸੱਟਾਂ ਮਾਰ ਕੇ ਦਾਖਲ ਹੋ ਗਈ। ਪੁਲਿਸ ਨੇ ਸਾਡੀ ਤੇਜ਼ ਹੋਈ ਬਣੀ ਆ, ਉਹਨਾਂ ਦੀ ਵੀ ਤੇਜ਼ ਹੋਈ ਬਣੀ ਸੀ, ਉਹਨਾਂ ਦਾ ਪਰਚਾ ਦਰਜ ਕਰ ਲਿਆ, ਸਾਡਾ ਨਹੀਂ ਕੀਤਾ। ਝੋਨਾ ਵੱਢ ਕੇ ਵੀ ਲੈ ਗਿਆ, ਝੋਨਾ ਵੱਢ ਕੇ ਪ੍ਰੈਕਟੀਕਲ ਦਬਾ ਜੋ ਉੱਥੇ ਹਲਕੇ ਦਾ MLA ਕਹਿੰਦਾ ਉਹ ਹੋ ਰਿਹਾ। ਨਵਦੇਵ ਸਿੰਘ ਚੀਮਾ, ਸਾਡੀ ਮੰਗ ਸਰਕਾਰ ਤੋਂ ਇਹੀ ਆ ਵੀ ਇੱਕ ਬੰਦੇ 550 ਸਾਲਾਂ ਸਲਾਮ ਰਹੇ, ਬੜੇ ਜ਼ੋਰ ਅਖਰਾਂ ਮਨਾਇਆ ਜਾ ਰਿਹਾ, ਵਧੀਆ ਗੱਲ ਮਨਾਉਣਾ ਚਾਹੀਦਾ, ਪਰ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ, ਸਾਨੂੰ ਇਨਸਾਫ ਦਵਾਇਆ ਜਾਵੇ। ਨਹੀਂ, ਅਸੀਂ ਠੇਕੇ 'ਤੇ ਜ਼ਮੀਨ ਆਪਣੇ ਆਸੇ ਪਾਸੇ ਉਹਨੇ, ਇਹਨਾਂ ਪਿੰਡ 'ਚ ਨਹੀਂ ਲੈਤੀ ਹੈ। ਨਹੀਂ, ਪਿੰਡ 'ਚ ਨਹੀਂ। ਇਹ ਮੇਰੇ ਹਰਜਿੰਦਰ ਸਿੰਘ 'ਤੇ, ਆ ਜਸਵੀਰ ਸਿੰਘ 'ਤੇ, ਆ ਰਾਜਵੀਰ 'ਤੇ, ਇੱਕ ਡਰਾਈਵਰ ਮਸ਼ੀਨ ਡਰਾਈਵਰ 'ਤੇ, 4 ਜਣਿਆਂ 'ਤੇ। ਉਹਦੀ ਕਾਪੀ ਸਾਡੇ ਕੋਲ ਹੈਗੀ ਹੈ।